Perfect. ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਵਰ ਨਿਊ ਵਲੌਗ। ਅੱਜ ਅਸੀਂ ਚੱਲੇ ਹਾਂ ਮੁਕਤਸਰ ਪਿੰਡ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਵਿਆਹ 'ਤੇ ਜਾਣਾ। ਸੋ ਫਾਈਨਲੀ ਸਾਰੀ ਤਿਆਰੀ ਹੋ ਗਈ ਅਤੇ ਹੁਣ ਆਪਾਂ ਚੱਲੇ ਹਾਂ। ਜਗਮੀਤ ਹੁਣੀ ਜਾ ਕੇ ਬਹਿ ਗਿਆ ਕਾਰ ਦੇ ਵਿੱਚ, ਕਾਰ ਸਟਾਰਟ ਕੀਤੀ। ਸੋ ਬਸ ਮੈਂ ਹੁਣ ਜਾਂਦੀ ਹਾਂ, ਸਾਰਾ ਸਮਾਨ ਹੁਣੀ ਰੱਖ ਕੇ ਆਉਂਦਾ ਕਾਰ ਦੇ ਵਿੱਚ, ਅਤੇ ਆਪਾਂ ਚੱਲਦੇ ਹਾਂ ਅਤੇ ਉੱਥੇ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ। ਬਾਕੀ ਚਾਚੇ ਘਰੇ ਜਾਵਾਂਗੇ ਜਿਨ੍ਹਾਂ ਦੀ ਕੁੜੀ ਦਾ ਵਿਆਹ ਵਾ, ਅਤੇ ਮਤਲਬ ਆਪਾਂ ਉੱਥੇ ਵੀ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ। ਸੋ ਚੱਲਦੇ ਹਾਂ ਜਗਮੀਤ ਹੁਣਾਂ ਕੋਲੇ, ਉਹ ਕਾਰ 'ਚ ਬੈਠੇ ਆ। ਕਿਵੇਂ ਹੋ? ਹਾਂਜੀ, ਹੋ ਗਿਆ ਰੈਡੀ। ਤੇ ਯੂਵੀ ਕਹਿੰਦਾ ਜੇ ਐਂਟਰਟੇਨਮੈਂਟ ਕਰਨਾ ਤੇ ਨਾਲ ਦੀ ਨਾਲ ਵੀਡੀਓ ਚੱਲ ਰਹੀ ਆ। ਅੱਛਾ, ਯੂਵੀ ਕਾਰਟੂਨ ਨਾ ਚਲਾ ਲੈ ਕਿਤੇ ਆਪਣੇ। ਗੱਲਬਾਤ ਆ, ਹੁਣ ਖਿੱਚ ਲਈ ਤਿਆਰੀ, ਚੱਲਦੇ ਆ। ਚਲੋ ਕੱਢੋ ਕਾਰ ਬਾਹਰ ਫਿਰ। ਚਲੋ ਜੀ। ਲਓ ਜੀ, ਆਪਾਂ ਇੱਥੇ ਰੁਕਦੇ ਆ ਤੇ ਬੇਰ ਲੈਨੇ ਆ। ਉਹ ਦੇਖੋ ਸਾਹਮਣੇ ਬੇਰ ਲੈ ਲਓ। ਦੇਖੋ ਬੇਰ ਕੀ ਰੇਟ ਆ ਜੀ? ਬੇਰ ਆ ਵੀਰੇ 100-150 ਕਿਲੋ, 1.5 ਕਿਲੋ ਆ। ਸਾਨੂੰ 50 ਕੇ ਦੇ ਦਿਓ ਜੀ, ਅਸੀਂ ਖਾਣੇ ਆ। ਧੋਤੇ ਆ, ਧੋ ਗਏ ਹੋ ਜੀ ਮਾੜੇ ਜੀ? ਹੈਗਾ ਪਾਣੀ ਤੁਹਾਡੇ ਕੋਲੇ? ਪਾਣੀ ਹੈ, ਵਧੀਆ ਪਾ ਦਿਓ ਇਹ। ਲਓ ਜੀ ਆ ਲੈ ਲਏ ਆਪਾਂ ਬੇਰ, ਖਾ ਰਹੇ ਆ ਬੇਰ। ਇੰਜੋਏ, ਸ਼ੁੱਧ ਫਾਰਮ ਦੇ ਬੇਰ। ਇੱਥੇ ਰੇੜੀਆਂ ਬਹੁਤ ਹੁੰਦੀਆਂ ਨੇ ਜਗਰੋਂ ਕੋਲੇ। ਫੋਇਸ ਦੇਖੋ, ਪਾਪਾ ਗੱਡੀ 100 ਤੇ ਪਹੁੰਚਾ ਰਹੇ ਆ। ਕਿੰਨੇ ਦੇ ਆ? 80। 80 ਤਾਂ ਥੋੜੀ ਜੀ ਉੱਤੇ ਆ। ਸੋ ਗਾਈਸ, 80 ਤੋਂ ਥੋੜੀ ਜਿਹੀ ਉੱਤੇ ਆ ਨਾ। ਲਓ ਜੀ, ਹੁਣ ਆਪਾਂ ਕੋਟਕਪੂਰੇ ਪਹੁੰਚ ਗਏ ਤੇ ਯੂਵੀ ਨੇ ਮੂੰਹ ਸੱਟ ਲਿਆ ਕਿਉਂਕਿ ਭੁੱਖ ਲੱਗੀ ਹੈ ਯੂਵੀ ਨੂੰ। ਹਣਾ ਯੂਵੀ, ਬਿਨਾਂ ਖਾਲੀ ਪੇਟ ਮੇਰੇ ਦਿਮਾਗ 'ਚ ਬੱਤੀ ਨਹੀਂ ਚਲਦੀ। ਅੱਛਾ, ਕੀ ਖਾਓਗੇ? ਪੀਜ਼ਾ। ਤੁਸੀਂ ਕੀ ਖਾਓਗੇ? ਮੈਂ ਤਾਂ ਜਿਹੜਾ ਕੋਈ ਯੂਵੀ ਖਾਊਗਾ ਉਹੀ ਖਾਊਗਾ ਨਾ ਯੂਵੀ। ਹਾਂ, ਸੋ ਦੇਖਦੇ ਆ ਆਪਾਂ ਇੱਥੇ ਪੀਜ਼ਾ ਖਾਵਾਂਗੇ, ਕੈਨੇਡੀਅਨ ਪੀਜ਼ਾ। ਆ ਗਿਆ ਜੀ, ਨਵਨੀਤ ਖਾ ਰਹੀ ਆ। ਇਧਰ ਯੂਵੀ ਮੈਂ ਪਾ ਕੇ ਦਮਾ ਸੌਸ। ਦੋ ਹੋਰ ਮੈਂ ਖਾ ਲਾਂ। ਇਹ ਪੀਜ਼ਾ ਖਾ ਕੇ ਨਵਨੀਤ ਤੇ ਯੂਵੀ ਵੀ, ਮੈਂ ਪਹਿਲਾਂ ਕਹੇ ਸੀ ਯੂਵੀ ਨੇ ਬਾਲੇ ਹੱਥ ਲਵੇੜ ਲਏ ਸੀ। ਕਿੱਥੇ ਪਹੁੰਚ ਗਏ? ਕਿਉਂ ਵੀ ਯੂਵੀ ਇਹ ਫੜਾ ਐ ਨਹੀਂ ਕਰਨਾ, ਚੱਲ ਬੈਠ। ਯੂਵੀ ਵੀ ਨਾਲ ਕੋਕ ਵੀ ਲਾਇਆ ਥੋੜਾ ਜਿਹਾ ਬਚਿਆ ਸੀ ਜਿਹੜਾ। ਅਸੀਂ ਪੀਜ਼ਾ ਖਾ ਲਿਆ ਤੇ ਪੂਰਾ ਖੁਸ਼ ਦੋਨੋਂ ਜਾਣੇ, ਯੂਵੀ ਵੀ, ਮੈਂ ਵੀ ਤੇ ਜਗਮੀਤ ਵੀ। ਮੈਂ ਤਾਂ ਠੀਕ ਆ। ਹਾਂ, ਬਸ ਹੁਣ ਅੱਧਾ ਘੰਟਾ ਹੀ ਰਹਿ ਗਈ ਵਾਟ ਇਥੋਂ। ਯੂਵੀ ਖੁਸ਼ ਆ? ਕਿੰਨੇ ਕਿਲੋਮੀਟਰ? ਬਸ ਅੱਧਾ ਘੰਟਾ ਲੱਗੂਗਾ। ਅੱਧਾ ਘੰਟਾ ਸਮੈਲ ਕੋਟਕਪੂਰੇ ਪਹੁੰਚ ਗਏ। ਸਵਾਈ ਸਮੈਲ ਦੇ ਅੱਧੇ ਘੰਟੇ ਬਾਅਦ। ਅੱਧੇ ਘੰਟੇ ਬਾਅਦ ਨਹੀਂ, ਉਹਨਾਂ ਨੇ ਤਾਂ ਹੁਣੀ ਵੇਖ ਲੈਣਾ, ਆਪਾਂ ਨੂੰ ਅੱਧਾ ਘੰਟਾ ਲੱਗਣਾ। ਲਓ ਜੀ, ਆਪਾਂ ਡੱਬਾ ਲੈ ਲਿਆ ਮਠਿਆਈ ਦਾ, ਬਰਫੀ ਦਾ, ਕਿਉਂਕਿ ਆਪਾਂ ਪਹਿਲੀ ਵਾਰ ਕਾਰ ਲੈ ਕੇ ਚੱਲੇ ਆ ਉੱਥੇ। ਹਾਂ, ਸੋ ਮੰਮੀ ਤੇਲ ਢਾਲਦੇ ਹੁੰਦੇ ਜਦੋਂ ਨਵੀਂ ਚੀਜ਼ ਲੈ ਕੇ ਜਾਂਦੇ ਘਰੇ, ਹਨਾ। ਸੋ ਆਪਾਂ ਤਾਂ ਵੀ ਡੱਬਾ ਲੈ ਲਿਆ। ਚਲੋ ਸਾਰਿਆਂ ਨੂੰ ਉਹ ਕਹਿੰਦੇ ਸੀ ਵੀ ਮੂੰਹ ਮਿੱਠਾ ਕਰਾਓ ਬਈ। ਹਾਂ, ਚਲੋ ਤਾਂ ਕਰਕੇ ਸੋ ਆਪਾਂ ਪਹਿਲੀ ਵਾਰ ਕਾਰ ਲੈ ਕੇ ਚੱਲੇ ਆ ਜਦੋਂ ਨਵੀਂ ਲਈ ਆ। ਹੁਣ ਆਪਾਂ ਜੀ ਬਸ ਪਹੁੰਚਣ ਵਾਲੇ ਆ ਘਰੇ, ਥੋੜਾ ਟਾਈਮ ਹੀ ਲੱਗਣਾ। ਤੇ ਮੇਨ ਗੱਲ ਇਹ ਆ ਵੀ ਆਪਣਾ ਇੰਸਟਾਗ੍ਰਾਮ ਨੂੰ ਜਰੂਰ ਫੋਲੋ ਕਰ ਲਓ, ਜਗਮੀਤ ਬਰਾੜ ਵਲੌਗਸ ਨੂੰ। ਉੱਥੇ ਆਪਾਂ ਸਾਰੀਆਂ ਹਨਾ ਅਪਡੇਟਸ ਦਿੰਦੇ ਰਹਿੰਦੇ ਆ, ਜਿਵੇਂ ਕਿਉਂਕਿ ਹੁਣ ਆਪਣਾ ਹਨਾ ਵਿਆਹ ਹੈਗਾ, ਵਿਆਹ ਦੀਆਂ ਵੀ ਨਾਲ ਦੀ ਨਾਲ ਸਟੋਰੀਆਂ ਅਪਲੋਡ ਕਰਦੇ ਰਵਾਂਗੇ। ਕਿਉਂਕਿ ਹੋ ਸਕਦਾ ਵੀ ਵਲੌਗ ਥੋੜਾ ਜਿਹਾ ਲੇਟ ਹੋ ਜੂਗਾ, ਕਿਉਂਕਿ ਕਈ ਵਾਰ ਟਾਈਮ ਨਹੀਂ ਹੁੰਦਾ। ਵਲੌਗ ਤਾਂ ਨੈਕਸਟ ਡੇ ਆਉਂਦਾ ਨਾ ਮੇਨਲੀ, ਆਪਾਂ ਸਾਰੀ ਸਟੋਰੀ ਵਗੈਰਾ ਸਾਰਾ ਕੁਝ ਇੰਸਟਾਗ੍ਰਾਮ ਤੇ ਨਾਲ ਦੀ ਨਾਲ ਹੀ ਪਾ ਦਿੰਨੇ ਹੁੰਦੇ ਆ। ਸੋ ਹੁਣ ਵੀ ਕਾਫੀ ਸਾਡੀਆਂ ਪਾਈਆਂ ਹੋਈਆਂ ਨੇ, ਜਾ ਕੇ ਦੇਖੋ ਇੰਸਟਾਗ੍ਰਾਮ ਜਗਮੀਤ ਬਰਾੜ ਵਲੌਗਸ ਦਾ, ਲਿੰਕ ਆਪਾਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਸਭ ਤੋਂ ਉੱਪਰ। ਜਗਮੀਤ ਬਰਾੜ ਵਲੌਗਸ ਤੇ ਆਪਣਾ ਟਾਰਗੇਟ ਆ ਇਸੇ ਮਹੀਨੇ ਫਰਵਰੀ ਦੇ ਵਿੱਚ 10,000 ਫਾਲੋਅਰ ਕਰਨੇ ਆ। ਸੋ ਤੁਸੀਂ ਸਾਰਿਆਂ ਨੇ ਪਿਆਰ ਦੇਣਾ ਆਪਣੇ ਚੈਨਲ ਤੇ, ਤੁਸੀਂ ਸਾਰੇ ਜੁੜੇ ਹੋਏ ਹੋ, ਪਿਆਰ ਕਰਦੇ ਹੋ, ਬਸ ਇੰਸਟਾਗ੍ਰਾਮ ਨੂੰ ਪਲੀਜ਼ ਜ਼ਰੂਰ ਫਾਲੋ ਕਰੋ ਹਨਾ। ਉੱਥੇ ਵੀ ਆਪਾਂ ਤੁਹਾਡੇ ਨਾਲ ਖੂਬ ਮੌਜ ਮਸਤੀ ਕਰਿਆ ਕਰਾਂਗੇ। ਬਸ ਹੁਣ ਪਿੰਡ ਪਹੁੰਚਣ ਵਾਲੇ ਹੀ ਆ, ਇੱਥੋਂ 10 ਮਿੰਟ ਦਾ ਰਸਤਾ ਰਹਿ ਗਿਆ। ਮੰਮੀ ਫੋਨ ਕਰੀ ਜਾਂਦੇ ਹੋ, ਤੇਲ ਢਾਲਣ ਨੂੰ ਗੇਟ 'ਚ ਖੜੀ ਹੈ, ਚਲੋ ਤੁਹਾਨੂੰ ਦਿਖਾਉਣੇ ਆ ਗਏ। ਆ ਗਿਆ ਪਿੰਡ ਉਦੇ ਕਰਨ ਪਹੁੰਚ ਗਏ ਆ। ਹਾਂਜੀ ਜੀ, ਹਾਂ ਮੈਂ ਉਸ ਤੱਕ ਆਇਆ। ਲਓ ਜੀ, ਆ ਗਿਆ ਆਪਣਾ ਘਰ। ਉਹ ਵੇਖੋ ਮੰਮੀ ਹੁਣੀ ਬਾਹਰ ਖੜੇ ਆ। ਹਾਂ।
ਸ਼ਗਨ ਦਿਓ ਚਲੋ ਆ ਫੜੀ ਹੁਣ ਅੱਗੇ ਲੈ ਜਾ ਮੜਿਆ ਫਿਰ ਉਤਰਦੇ ਆ ਹੈ ਆਜੋ 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 ਹੁਣ ਦੇਖਦਾ ਨਹੀਂ ਕਿ ਯੂ ਵੀ ਪਹੁੰਚ ਗਿਆ ਕਰੇ ਉਹ ਮੰਮੀ ਵੀ ਖੜੀ ਆ ਕਿਵੇਂ ਆ ਸਤਿ ਸ਼੍ਰੀ ਅਕਾਲ महाराज तुम बधावे मम्मी कार भी चला के दिखाऊगी पापा गड्डी देख रहे मैं भी कड़ी गेड़ा फड़ी माड़े जी पापा बैठूगा बिच हूँ बैठ चलाने की आ पापा चलाऊगा घरे पहुंचो तो बाद जी चाह पानी पी लिया पापा ने भी गड्डी चला के देख लिया उन्होंने बहुत वधिया लगी उन्होंने चला के देखी क्योंकि गड्डी गुड्डी घट ही चलाउंदे आ ना हुण आपां चलदे आ चाचे घरे उधर भी जावांगे देखो हुण बस तैयारी आ नेरा होने लग पिया सारे जने चले आ ओ तैयार होई जांदे आ असी तां घरों तैयार हो के आए सी बिलकुल फिर आपां मिलावांगे थोनू उत्थे सारयां दे नाल चलो चलते हैं भाई किते जाने हो चले व्याह ते आ गई मम्मी हुणी भी आ गईयां सीरत भी खड़ी आ हाय गाइस ओ मम्मी भी आ रही उधरों आर्योग ब्रार साहब ਸਸੀਗਾ ਚਾਚਾ ਕੀ ਹਾਲ ਚਾਲ ਆ ਯੂਵੀ ਆ ਗਿਆ ਕਿ ਸਾਨੂੰ ਪਾਲ ਤੇ ਚਾਹ ਵੀ ਫੜਾ ਦੇਗਾ ਮੈਨੂੰ ਮੇਰਾ ਫਸ ਗਿਆ ਸੀਗਾ ਮੈਨੂੰ ਸਮਝ ਨਹੀਂ ਆਉਣੀ ਤੁਸੀਂ ਰਹਿਣ ਦੋ ਪੰਗੇ ਲੈ ਨਹੀਂ ਨਹੀਂ लो जी इतने कल होगा मेहंदी का फंक्शन ते आ हैगी मेहंदी वाली कुड़ी Oh,
10 बज गए तो हम चलते हैं घर कर लिए समाप्ति। रजिंदर सिंह भी देखता जाता आपका डेकोरेशन सारी वधिया हुई है घैंट। कल जागो इन्हें कल जागो वा तुम जागो दिखाने।